ਗੁੱਡ ਮਾਰਨਿੰਗ ਮਿੱਤਰੋ, ਅੱਜ ਹੋਏਗਾ ਮੰਡੇ। ਜਾਣਾ ਅੱਜ ਆਪਾਂ ਕਾਲਜ, ਪ੍ਰੈਕਟਿਸ ਆਪਾਂ ਕਰੇ ਜਾਏ ਅਤੇ ਕਾਲਜ ਕਲਾਸਾਂ ਵੀ ਹੈਗੀਆਂ ਆਪਣੀਆਂ ਦੋ ਤਿੰਨ। ਅੱਜ 11:30 ਵੱਜ ਗਏ ਨੇ, ਚੱਲਦੇ ਹਾਂ ਕਾਲਜ। ਗੁਰਤਾਸ਼ ਵਰਗੇ ਕਾਲਜ ਹੀ ਨੇ ਅੱਜ, ਆਪਾਂ ਲੇਟ ਹੋ ਗਏ ਥੋੜ੍ਹੇ ਜਿਹੇ ਪ੍ਰੈਕਟਿਸ ਕਰਨ ਗਏ ਹੋਏ ਸੀਗੇ ਰੇਂਜ 'ਚ। ਸੋਰੀ, ਤੁਹਾਨੂੰ ਰੇਂਜ ਨਹੀਂ ਦਿਖਾਏਗੀ, ਥੋੜ੍ਹੀ ਕਾਹਲੀ ਸੀ, ਲੇਟ ਮਾੜਾ ਜਿਹਾ ਲੇਟ ਹੋ ਗਿਆ। ਰੇਂਜ ਦਾ ਵਲੋਗ ਆਪਾਂ ਪਾਵਾਂਗੇ ਥੋੜ੍ਹਾ ਜਿਹਾ, ਅਗਲੇ ਵਲੋਗ 'ਚ ਪਾ ਦਾਂਗੇ। ਚਲੋ ਕੱਲ੍ਹ ਨੂੰ ਜਾਂ ਪਰਸੋਂ ਨੂੰ ਦਿਖਾਵਾਂਗੇ ਰੇਂਜ ਵੀ, ਅਤੇ ਆਪਾਂ ਹੁਣ ਦਿਖਾਉਂਦੇ ਹਾਂ ਤੁਹਾਨੂੰ ਕਾਲਜ, ਚੱਲਦੇ ਹਾਂ ਮਿਲਵਾਉਂਦੇ ਹਾਂ ਸਾਰਿਆਂ ਨਾਲ ਦੋਸਤੋ ਮਿੱਤਰਾਂ ਨਾਲ ਮਿਲਦੇ ਹਾਂ ਮਿੱਤਰੋ। ਚਲੋ ਠੀਕ ਹੈ, ਮਿਲਦੇ ਹਾਂ ਕਾਲਜ ਬਾਈ। ਚਲੋ ਜੀ, ਆ ਗਏ ਆਪਾਂ ਰੈਡੀ ਸ਼ੈਡੀ ਹੋ ਕੇ ਕਾਲਜ ਨੂੰ, ਦੇਖਦੇ ਹਾਂ ਕਾਲਜ 'ਚ ਕੀ ਮਾਹੌਲ ਆ ਤੁਹਾਨੂੰ ਦਿਖਾਉਣੇ ਅੱਗੇ। ਕਲਾਸਾਂ ਆਪਣੀਆਂ ਹੈਗੀਆਂ ਨੇ ਅੱਜ 1-2 ਦੀਆਂ, ਮੇਰੀਆਂ ਤਾਂ ਅੱਜ ਹੈ ਨਹੀਂ। ਕਲਾਸਾਂ ਲਾਵਾਂਗੇ ਸਾਰੀਆਂ, ਕਲਾਸਾਂ ਲਾਉਣਗੇ ਅਤੇ ਦੇਖਦੇ ਅੱਗੇ ਆਪਾਂ। ਆਪਣੇ ਮਿੱਤਰ ਪੈਰੇ ਵੀ ਸਾਰੇ ਹੋਣਗੇ, ਮਾਨਸਾ ਤੋਂ ਮੁੰਡੇ ਸਾਰੇ ਆਏ ਹੋਣਗੇ। ਹੈਗਾ ਲੱਗਦਾ ਰਸ਼ ਹਜੇ ਤਾਂ ਹੈਗਾ ਗਾ। ਆ ਗਏ ਆਪਾਂ ਕਾਲਜ, ਦਿਖਾਉਣੇ ਸਾਨੂੰ ਕਾਲਜ ਦਾ ਜੀ ਵਿਊ ਸਾਰਾ, ਸਿਸਟਮ ਆਪਣਾ ਐਸ ਡੀ ਕਾਲਜ ਆ। ਮਿਲੀ ਨਹੀਂ ਹਜੇ ਪਾਰਕਿੰਗ ਲਈ ਆਪਾਂ ਨੂੰ, ਹੈ ਨਾ। ਦੇਖ ਰਹੇ ਹਾਂ, ਦੇਖੋ ਕਿੰਨਾ ਰਸ਼ ਆ, ਗੱਡੀਆਂ ਮੂਹਰੇ ਲਾਈ ਖੜੇ ਨੇ। ਆ ਕਾਲਜ ਦਾ ਗੇਟ ਆਪਣਾ, ਸਮਾਨ ਸਮੂਨ ਆਇਆ ਹੋਊਗਾ ਨਾ ਨਾ ਐਸ ਦਾ। ਹਾਂ, ਇਹ ਆਪਣਾ ਕਾਲਜ ਦਾ ਗੇਟ ਆ ਜੀ। ਹੁਣ ਆਪਾਂ ਗੱਡੀ ਦੀ ਜਗ੍ਹਾ ਪਾਰਕ ਕਰਕੇ ਚੱਲਦੇ ਹਾਂ ਕਾਲਜ 'ਚ, ਹੁਣ ਐਂਟਰ। ਚਲੋ ਮਿਲਦੇ ਹਾਂ ਫਿਰ ਕਾਲਜ ਦੇ ਅੰਦਰ, ਦਿਖਾਉਣੇ ਤੁਹਾਨੂੰ ਵਿਊ ਸਾਰਾ। ਪਹੁੰਚ ਗਏ ਆਪਾਂ ਕਾਲਜ, ਸਾਰੇ ਆਪਣੇ ਯਾਰ ਮਿੱਤਰ ਕਾਲਜ ਫਿਰਦੇ ਨੇ। ਆਹ ਆਪਣੇ ਥੋੜ੍ਹੇ ਜਿਹੇ ਬੰਦੇ, ਥੋੜ੍ਹੇ ਜਿਹੇ ਉੱਪਰ ਕਰੋ ਜੀ, ਇਹਨਾਂ ਥੋੜ੍ਹਾ ਜਿਹਾ ਮੋਡੀਫਿਕੇਸ਼ਨ ਕਰਾਈਏ, ਤੁਹਾਨੂੰ ਫਰਕ ਲੱਗ ਹੀ ਰਿਹਾ ਹੋਊਗਾ। ਤੁਸੀਂ ਸਾਰੇ ਕਮੈਂਟ 'ਚ ਦੱਸਿਓ ਅਸੀਂ ਸੋਹਣੇ ਲੱਗ ਰਹੇ ਕਿ ਨਹੀਂ, ਜੇ ਨਹੀਂ ਸੋਹਣੇ ਲੱਗ ਰਹੇ ਤਾਂ ਕਿਹੋ, ਨਹੀਂ ਆਪਾਂ ਸਾਰਿਆਂ ਦਾ ਮੂੰਹ ਚੁੱਪ ਕਰਾ ਦਿੰਦੇ। ਆਹ ਦੇਖੋ, ਇਹ ਦਿੱਲੀ ਵਾਲੇ ਦਿੱਲੀ ਖਾਤਰ ਤਿਆਰ ਕਰੇ ਨੇ, ਦਿੱਲੀ ਖਾਤਰ ਤਿਆਰ ਕਰੇ ਨੇ ਆਪਾਂ। ਇਹ ਦਿੱਲੀ ਜਾਣਗੇ ਮੁੰਡੇ ਪੜ੍ਹਨ, ਐਸ ਡੀ ਤੋਂ ਇਹਨਾਂ ਦਾ ਮਨ ਭਰ ਗਿਆ, ਇਹਨਾਂ ਨੂੰ ਦਿੱਲੀ ਟੱਚ ਜਾ ਕੇ ਇਹਨਾਂ ਨੂੰ ਐਸ ਡੀ ਦੇ ਕਾਲਜ ਵਧੀਆ ਲੱਗਣ ਨੂੰ ਹਟ ਗਿਆ। ਬੰਦਾ ਨਵਾਂ ਮਿਲਿਆ ਥੋੜਾ, ਚੱਲ ਪਏ ਸਾਰੇ ਫਲੈਟ ਨੂੰ। ਮੇਰਾ ਪਹਿਲਾਂ ਨਹੀਂ ਹੁੰਦਾ ਸੀ, ਕਲਾਸ ਲਾ ਲਈ ਬਾਈ, ਕਲਾਸ ਲਾ ਲਈ, ਕਲਾਸ ਲਾ ਲਈ। ਮੈਂ ਤਾਂ ਹਜੇ ਹੁਣੀ ਆਇਆ ਸੀ ਟ੍ਰੇਨਿੰਗ ਕਰਕੇ ਰੇਂਜ ਤੋਂ, ਆਉਣ ਸਾਰ ਇੱਧਰ ਆ ਗਿਆ। ਟਾਈਮ ਵੱਜ ਰਿਹਾ ਆ 3:30। ਟੀਮ ਅੱਜ ਆਪਣੀ ਕੁਛ ਜ਼ਿਆਦਾ ਆ, ਕਾਲਜ ਵੀ ਖਾਲੀ ਹੋਣ ਲੱਗ ਗਿਆ, ਬਸ ਕਲਾਸਾਂ ਲੱਗ ਗਈਆਂ ਸਾਰਿਆਂ ਦੀਆਂ। ਆਹ ਦੇਖੋ ਸਾਡੀ ਸਾਰੀ ਟੀਮ, ਇਧਰ ਆਪਾਂਗੇ, ਇਹ ਹਮਾਰੇ ਦੋਸਤ ਹੈ। ਚਲੋ ਓਕੇ, ਦੇਖਤਾ ਆਹ ਕੰਟੀਨ ਹੈ ਇੱਧਰਲੀ ਵੀ। ਗਰਮੀ ਬਾਹਲੀ ਜ਼ਿਆਦਾ ਆ, ਚਲੋ ਫਲੈਟ ਚੱਲੀ। ਗਲਾਸ 'ਚ ਏਸੀ ਨਹੀਂ ਹੈਗੇ, ਗਲਾਸ 'ਚ ਕਿਹੜੇ ਏਸੀ ਭਰਾਵਾ, ਪੱਖੇ। ਆਹ ਚੱਲਦੇ ਹਾਂ ਹੁਣ ਘਰੇ, ਕਾਲਜ ਹੋ ਗਿਆ ਖਤਮ ਆਪਣਾ। ਆਹ ਟੀਮ ਇੱਧਰ ਜਾਂਦੀ ਹੈ, ਬੀਬੀ ਕੱਤੀ ਆ ਜਾਂਦੇ ਆਪਣੇ 4 ਦੀ, ਦੂਜੇ ਰਵਾਨਾ ਹੋ ਗਏ ਘਰ ਨੂੰ। ਹੁਣ ਤਾਂ ਲਾ ਲਈਆਂ ਸਾਰੇ ਕਲਾਸਾਂ, ਹੁਣ ਤਾਂ ਗਿਆ ਨਾ ਮਾਹੌਲ ਜਿਹਾ ਖਤਮ, ਖਾਲੀ ਹੋ ਗਿਆ ਕਾਲਜ। ਅੱਗੇ ਦੇਖਦੇ ਹਾਂ ਕੀ ਕਰਾ ਰਹੇ ਆਪਾਂ ਘਰ ਨੂੰ। ਆ ਵੀ ਆਪਣੇ ਨਾਲ ਦੀ ਨੇ, ਅੱਗੇ ਵੀ ਨੋ ਵਾਲੇ ਆਪਣੇ ਨਾਲ ਹੀ ਨੇ। ਇੱਕ ਇੱਥੇ ਮਾਰਕੀਟ 'ਚ ਖੜ ਗਏ ਕੁਛ, ਦੂਜੇ ਆਪਣੇ ਥਾਰ ਵਾਲੇ ਯਾਰ ਖਾਣ ਪੀਣ ਲੱਗ ਗਏ, ਜਾ ਰਹੇ ਘਰ ਨੂੰ। ਮੌਸਮ ਵੀ ਵਧੀਆ ਹੋ ਰਿਹਾ, ਅੱਜ ਲੱਗਦਾ ਮੀਂਹ ਨਾ ਜੇ। ਉਹ ਚੰਡੀਗੜ੍ਹ ਦਾ ਮੌਸਮ ਵਧੀਆ ਰਹਿੰਦਾ ਯਾਰ, ਹੈ ਨਾ। ਤੇ ਦਿੱਲੀ ਗਏ ਸੀ ਆਪਾਂ, ਕਿੰਨੀ ਗਰਮੀ ਸੀ, ਉਹ ਨੜਾਉਣ ਬੈਠਾ। ਉਹ ਦੇਖੋ ਸਾਰੇ
ਬੱਚਿਆਂ ਘਰੇ ਪਹਿਲੀ ਸਾਰੇ ਇਕੱਠੇ ਹੋ ਗਏ ਸਾਡੇ ਆਉਣ ਤੋਂ ਪਹਿਲਾਂ ਪਤਾ ਨਹੀਂ ਕਿੱਧਰੋਂ ਆ ਗਏ ਆਪਾਂ ਕਰਾ ਰਹੇ ਹਾਂ ਮੋਟਰਸਾਈਕਲ ਸਾਈਡ ਕਾਰ ਦੀ ਜਗ੍ਹਾ ਬਣਾਉਣੀ ਆ ਮੂਹਰੇ ਸਾਰੀਆਂ ਗੱਡੀਆਂ ਆਪਣੀ ਨੇ ਵੀ ਵੀ ਇਕੱਤੀ ਵਾਲੇ ਜੱਟੀ ਨੇ ਸਾਰੇ ਆਹ ਮਹਿਕ ਭਾਅ ਜੀ ਵੀ ਖੜੇ ਨਹੀਂ ਲੱਗਦਾ ਮਲਿਆਉਣੇ ਮਹਿਕ ਨਾਲ ਵੀ ਪੁੱਛ ਲਿਆ ਤੋਂ ਗੱਡੀ ਬਾਰੇ ਕੀ ਪਤਾ ਕੋਈ ਲੈ ਲਈ ਹੋਵੇ ਸਰਪ੍ਰਾਈਜ਼ ਮਿਲ ਜੇ ਲਾਗੀ ਗੱਡੀ ਆਪਾਂ ਚੱਲ ਵੀ ਮਿੱਤਰੋ ਕਹਿੰਦੇ ਤਾਂ ਖੇਡ ਲਈ ਚਿੜੀ ਚਿੜੀ ਕੁੰਡੀਆਂ ਦੇ ਅੜ ਕੇ ਸਿੰਗ ਜਮਾ ਕੂਪਨ ਲੱਗ ਗਿਆ ਕੂਪਨ ਵੱਡੀ ਬੈਟ ਹਾਰ ਚੁੱਕੇ ਨੇ ਤਾਂ ਤੋਂ ਲੈ ਕੇ ਬਣਦੇ ਸੀ 100 ਰੁਪਏ ਦੀ ਸੀ ਆਪਾਂ 50 ਰੁਪਏ ਹਾਰ ਖਾਣੇ ਪੀਣੇ ਬਰ ਸਮਾਨ ਮੰਗਾਓ ਮੈਂ ਸੀ ਉਦੋਂ ਆਪਾਂ ਚੱਲੇ ਆ 36 ਲਾ ਕੇ ਆਉਣਾ ਗੇੜਾ ਉੱਥੇ ਬੈਠੇ ਬੈਠੇ ਬੋਰ ਹੋ ਗਏ ਸੀ ਪਹਿਲਾਂ ਆਪਾਂ ਖੇਡੇ ਤਾਸ਼ ਵਧੀਆ ਮੈਚ ਲਾਏ 6-7 ਖਾ ਪੀ ਕੇ ਹੁਣ ਚੱਲੇ ਆ 36 ਨੂੰ ਇੱਕ ਸਾਡੇ ਮੂਹਰੇ ਗੱਡੀ ਆ ਉਹ ਵਾਕੀ ਟੋਕੀ ਨਾਲ ਉਹਨਾਂ ਗੱਲ ਕਰ ਰਹੇ ਵਾਲਾ ਚੌਂਕ ਕਲੀਅਰ ਕਰਾ ਦੇ ਆ ਦੇਖੋ ਪੂਰੀ ਜੈਟ ਸਕਿਉਰਿਟੀ 'ਚ ਜਾ ਰਹੇ ਹਾਂ ਅਸੀਂ ਗੁਰਦੁਆਰਾ ਸਾਹਿਬ ਮੱਥਾ ਦੇਖ ਲਓ ਪਿੱਛੇ ਦਰਸ਼ਨ ਕਰੋ ਸਾਡੇ ਗਰਨੂਰ ਜੀ ਪਿੱਛੇ ਇੰਟਰਨੈਸ਼ਨਲ ਚੂਟਰ ਹੋਟਰ ਹੋਟਰ ਨਾ ਚਲਾਓ ਹੋਟਰ ਨਾ ਚਲਾਓ ਹੋਟਰ ਨਾ ਚਲਾਓ ਭਾਈ ਹੁਣ ਤੁਹਾਨੂੰ ਮਿਲਦੇ ਅਸੀਂ ਆਪਾਂ ਜਾ ਕੇ 36 ਦਿਖਾਉਣੇ 36 ਦਾ ਕੀ ਮਾਹੌਲ ਆ ਕੀ ਸਿਸਟਮ ਆ ਦੇਖੋ ਜੀ ਜਾਂਦੇ ਆ ਕਾਫਲੇ ਕਲੀਅਰ ਕਰਾ ਦਿਓ ਸਾਰੇ ਮੋੜ ਜਾਂਦੀਆਂ ਮੂਹਰੇ ਆਪਣੇ ਪਾਇਲਟ ਬੰਪਰ ਲਾ ਦਿਆ ਕਰੋ ਨਾਲ ਲਾਸਟ ਰਾਈਡ ਸਹੀ ਗੱਲ ਆ ਲਾਸਟ ਰਾਈਡ ਹੀ ਨਾ ਹੋ ਜੇ ਕਿਤੇ ਬਾਈ ਦੀ ਥੱਲੇ ਆਉਣ ਨੂੰ ਫਿਰ ਸਿੱਧੀ ਕੱਢ ਲਓ ਸਿੱਧੀ ਆ ਕਾਂਸਟੇਬਲ ਨੂੰ ਕਹੇ ਆਪਣੇ ਸਾਈਡ ਵਾਲੇ ਨੂੰ ਮੜਾ ਜਾ ਹੱਥ ਬਾਹਰ ਕੱਢ ਕੇ ਖੜੇ ਹੱਥ ਬਾਹਰ ਕੱਢ ਕੇ ਕਰਾਈ ਮੜਾ ਜਾ ਕਲੀਅਰ ਹੱਥ ਬਾਹਰ ਕੱਢ ਕੇ ਮੜਾ ਜਾ ਰਾਈਟ ਮੜਵਾ ਦੇ ਗੱਡੀ
ਮੋੜਨਾ ਲੈਫਟ ਸੀ ਪਹੁੰਚ ਗਏ ਬਾਈ 36 ਨਾਕਾ ਕਲੀਅਰ ਆ ਨਾਕਾ ਨਾ ਨਾ ਕੋਈ ਕਲੀਅਰ ਨਹੀਂ ਦਾ ਨਾਕਾ ਬਚ ਕੇ ਬਸ ਲਓ ਜੀ ਗਾਇਜ਼ ਆਪਾਂ ਪਹੁੰਚ ਗਏ 36 ਤੇ ਤੁਹਾਨੂੰ ਦਿਖਾਉਣੇ ਆ ਕੀ ਵਿਊ ਆ ਰਿਹਾ 36 ਦਾ ਕੀ ਮਾਹੌਲ ਹੈ ਹਾਂ ਗੱਡੀ ਦਾ ਕਲਰ ਬਹੁਤ ਵਧੀਆ ਹੈ ਹਾਂ ਗੱਡੀ ਬਹੁਤ ਸੋਹਣੀ ਉਸੇ ਕਾਲਜ ਅਸੀਂ ਜਾ ਰਹੇ ਆ ਦੇਖੋ ਜੀ ਪੂਰਾ ਜਾਮ ਲੱਗ ਰਿਹਾ ਅੱਜ ਤਾਂ ਉਰੇ ਰਸ਼ ਹੀ ਜ਼ਿਆਦਾ 36 ਚ ਹੁਟਰ ਛੱਡ ਦੋ ਹੁਟਰ ਦੇਖੋ ਸਾਡੇ ਬੰਦੇ ਦਾ ਹੁਟਰ ਖਰਾਬ ਹੋ ਗਿਆ ਨਹੀਂ ਉਰੇ ਅਸੀਂ ਲਾਲਾ ਲਾਲਾ ਕਰਾ ਦੇਣੀ ਸੀ ਲਾਲਾ ਲਾਲਾ ਤਾਂ ਉਹ ਵੀ ਕਰਾ ਰੱਖੀ ਆ ਇੱਧਰ ਸਾਹਿਬ ਨੇ ਆਪਣੇ ਸਾਰੀਆਂ ਤਾਂ ਮਾਰਕੀਟ ਫੁੱਲ ਆ ਗੱਡੀ ਖੜਾਉਣੀ ਖੜਾਉਣੀ ਥਾਂ ਨੀ ਨੋ ਸਰ ਨੋ ਆਪਾਂ ਆ ਗਏ ਯੂਨੀਵਰਸਿਟੀ ਕੈਮਿਸਟਰੀ ਕੰਟੀਨ ਚ ਬੈਠੇ ਆ ਆਪਾਂ ਦੇਖੋ ਜੀ ਚਾਹ ਨਾਲ ਚੱਲ ਰਿਹਾ ਫਰੂਟ ਕੇਕ ਡਰਾਈ ਕੇਕ ਚੱਲ ਰਹੇ ਨੇ ਬਹੁਤ ਸਵਾਦ ਆ ਬਹੁਤ ਸਵਾਦ ਆ ਚੱਕੋ ਜਾ ਹਾਂਜੀ ਆਪਾਂ ਪੀ ਲਈ ਚਾਹ ਯੂਨੀਵਰਸਿਟੀ ਤੋਂ ਚੱਲੇ ਕੈਮਿਸਟਰੀ ਡਿਪਾਰਟਮੈਂਟ ਤੋਂ ਪੀਤੀ ਆਪਾਂ ਚਾਹ ਕੰਟੀਨ ਤੋਂ ਹੁਣ ਆਪਾਂ ਦੇਖਦੇ ਹਾਂ ਇੱਕ ਗੇੜਾ ਲਾ ਕੇ 8-9 ਜਾਣਾ ਕਿ 34 ਜਾਣਾ ਦੇਖਦੇ ਹਾਂ ਅੱਗੇ ਅੱਜ ਕੁੱਕ ਨੇ ਵੀ ਨਹੀਂ ਆਉਣਾ ਮੈਨੂੰ ਲੱਗਦਾ ਰੋਟੀ ਰੋਟੀ ਦਾ ਹੀ ਪ੍ਰੋਗਰਾਮ ਬਾਹਰ ਹੀ ਬਣਾਉਣਾ ਪੈਣਾ ਅੱਛਾ ਬਿਮਾਰ ਆ ਕੁੱਕ ਅੱਜ ਕੁੱਕ ਹੋ ਗਿਆ ਬਿਮਾਰ ਸਵੇਰੇ ਵੀ ਨਹੀਂ ਆਇਆ ਸੀ ਸ਼ਾਮ ਨੂੰ ਤਾਂ ਕਹਿੰਦੇ ਆਓ ਹੁਣ ਫਿਰ ਪਤਾ ਲੱਗ ਜਾਊਗਾ ਪਤਾ ਲੱਗੂਗਾ ਆਹ ਆਪਣੇ ਪੀਵੀ 31 ਵਾਲੇ ਨੇ ਬੰਦੇ ਆਪਣੇ ਵਲੌਗ ਦਾ ਨਾਮ ਹੀ ਸ਼ੁਰੂ ਹੁੰਦਾ ਨਾ ਫਿਰ ਪੀਵੀ 31 ਤੋਂ ਤਾਂ ਜਿੱਥੇ ਪੀਵੀ 31 ਆ ਗਿਆ ਬਸ ਫਿਰ ਆ ਖਤਮ ਹੈ ਉੱਥੇ ਕੰਮ ਹੈਲੋ ਚਾਰਲੀ ਡੈਲਟਾ 1 ਉਹਨਾਂ ਨੂੰ ਕਹਦੇ ਇੱਧਰ ਕਿੱਧਰ ਮੋੜਨੀ ਬੋਲ ਹੀ ਨਹੀਂ ਰਹੇ ਉਹ ਹੈਲੋ ਹੈਲੋ ਹਾਲ 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 ਲਓ ਜੀ ਹੋ ਗਿਆ ਐਂਟਰ 8 ਸੈਕਟਰ ਮਾਰਕੀਟ 'ਚ ਦੇਖਦੇ ਹਾਂ ਕੀ ਮਾਹੌਲ ਆ ਕਿੰਨਾ ਕੁ ਰਸ਼ ਆ ਹਾਂਜੀ ਆਲ ਕਲੀਅਰ ਆ ਠੀਕ ਹੈ ਲਓ ਜੀ ਹੋ ਗਿਆ ਆਪਾਂ ਮਾਰਕੀਟ ਦੇ ਅੰਦਰ ਐਂਟਰ ਰਸ਼ ਤਾਂ ਹੈਗਾ ਨਾ ਅੱਜ ਇੱਥੇ ਵੀ ਠੀਕ ਠਾਕ ਜਿਹਾ ਜੇ ਵਧੂਗਾ ਇਦੋਂ ਬਾਅਦ ਵਧੂਗਾ ਅਸੀਂ ਆ ਗਏ ਆ 7:08 7:32 ਦੇ ਆ ਗਏ ਸੀ ਤਾਂ ਬਹੁਤ ਹੀ ਪਹਿਲਾਂ ਆ ਰਹੇ ਹਾਂ ਇਹ ਤਾਂ ਫਿਰ ਟਾਈਮ ਨਾਲ ਸੌਣਾ ਹੁੰਦਾ ਨਾ ਲੇਟ ਤਾਂ ਅਸੀਂ ਆ ਨਹੀਂ ਸਕਦੇ ਆਓ ਦੇਖੋ ਦਸ ਸੈਕਟਰ ਤੇ ਆਪਾਂ ਨੂੰ ਉਰੇ ਕਰਿਆ ਫੋਨ ਆਪਣੇ ਮਿੱਤਰ ਪਿਆਰਿਆਂ ਨੇ ਕਹਿੰਦੇ ਆਊਗੀ ਆਹ ਖੜੇ ਨੇ ਡਿਫੈਂਡਰ ਲੈਤੀ ਆ ਬਾਈ ਹੋਰਾਂ ਨੇ ਗ੍ਰੀਨ ਕਲਰ ਦੂਜੇ ਮੋੜ ਕੇ ਲਾਈ ਜਾਂਦੇ ਆਪਾਂ ਵੀ ਲਾ ਲਓ ਗੱਡੀ ਉਹ ਆ ਗਿਆ ਉਤਰ ਕੇ ਬਾਹਰ ਹੀ ਮਿਲਦੇ ਹਾਂ ਜਲਦੀ ਬਾਹਰ ਨਿਕਲ ਕੇ